ਉੱਥੇ ਬੈਠੇ ਆ ਤੇ ਇੱਥੇ ਹੀ ਪਤਾ ਹੀ ਨਹੀਂ ਲੱਗਾ ਆਉਂਦਿਆਂ ਗੋਲੀਆਂ ਚਲਾਈਆਂ ਕਿਸੇ ਨੂੰ ਬੋਲੇ ਨਹੀਂ ਮਾੜਾ ਕੋਈ ਆਵਾਜ਼ ਨਹੀਂ ਕੱਢੀ ਇੱਧਰ ਗੋਲੀਆਂ ਸਿੱਧੀਆਂ ਚਲਾਉਂਦਾ ਫਿਰ ਉਹਦੇ ਉੱਠ ਕੇ ਬਹਿ ਗਿਆ ਵੱਜਦੀਆਂ ਵੇਖ ਕੇ ਤੇ ਆ ਇੱਥੇ ਵੱਜ ਗਈ ਛਾਤੀ ਦੇ ਵਿੱਚ ਫਿਰ ਅਸੀਂ ਰੌਣਕ ਪੰਡਾ ਪਿਆ ਤੁਹਾਨੂੰ ਚਿੰਨ ਭੱਜ ਗਏ ਹੋਰ ਕੋਈ ਗੱਲ ਹੋਈ ਨਹੀਂ ਜਦੋਂ ਗੋਲੀ ਚੱਲਦੀ ਸੀ ਤੁਸੀਂ ਸਾਰੇ ਅਸੀਂ ਸਾਰੇ ਇੱਥੇ ਉਹਦੇ ਲਾਗੇ ਲਾਗੇ ਘੁੰਮਦੇ ਫਿਰਨ ਡਏ ਆ ਉਦੋਂ ਜਾਗਦੇ ਪਏ ਸੀ ਹਾਂਜੀ ਜਾਗਣ ਡਏ ਰਾਤ ਦੇ 12 ਵਜੇ ਆਏ ਕਿਸੇ ਨੂੰ ਕੀ ਲੱਗਦਾ ਕਿ ਕਿਉਂ ਚੱਲੀ ਹੋਈ ਸੀ ਗੋਲੀ ਪਤਾ ਨਹੀਂ ਲੱਗਾ ਸਾਡੇ ਨਾਲ ਸਾਡਾ ਕੋਈ ਵੈਰ ਹੀ ਨਹੀਂ ਕਿਸੇ ਦੇ ਨਾਲ ਮੇਰਾ ਨਾਮ ਹਰਦੀਪ ਸਿੰਘ ਆ ਜੀ ਰਾਤ 12 ਵਜੇ ਦਾ ਟਾਈਮ ਸੀਗਾ ਤੇ ਸਾਡੇ ਘਰੇ ਇੱਥੇ ਬਾਹਰ ਅੱਡੇ ਸਾਡਾ ਘਰ ਵਾ ਤੇ ਮੇਰੇ ਚਾਚਾ ਜੀ ਦੇ ਘਰੇ 8-9 ਬੰਦਿਆਂ ਨੇ ਹਮਲਾ ਕੀਤਾ ਵਾ ਉਹਨਾਂ ਨੇ ਗੋਲੀਆਂ ਮਾਰੀਆਂ ਗੇਟ 'ਚ ਤੇ ਮੇਰੇ ਚਾਚਾ ਜੀ ਦੇ ਵੀ ਇੱਕ ਗੋਲੀ ਲੱਗੀ ਆ ਉਹਨਾਂ ਦੇ ਦਿਲ 'ਤੇ ਗੋਲੀ ਲੱਗੀ ਆ ਅਤੇ ਉਹ ਪੈਰ 'ਤੇ ਮੇਰੇ ਹਿਸਾਬ ਨਾਲ ਮੋਗੇ ਆ ਅਤੇ ਕਿੰਨੀਆਂ ਕੁ ਗੋਲੀ ਚਲਾਈ ਗੋਲੀਆਂ ਉਹਨਾਂ ਨੇ ਮੇਰੇ ਖਿਆਲ 9 ਗੋਲੀਆਂ ਚਲਾਈਆਂ ਜੀ ਕਿੰਨੇ ਕੁ ਬੰਦੇ ਹਾਂਜੀ ਕਿੰਨੇ ਕੁ ਜਾਣੇ ਸੀ ਉਹ 9 ਜਾਣੇ ਹਥਿਆਰ ਆਏ ਸੀ ਹਥਿਆਰ ਆਏ ਸੀ ਉਹਨਾਂ ਪਿਸਤੌਲ ਸੀ ਤੁਸੀਂ ਕਿੱਥੇ ਸੀ ਘਰੋਂ ਮੈਂ ਉਹ ਤਾਂ ਆਪਣੇ ਘਰੇ ਸੀ ਤੇ ਗੋਲੀਆਂ ਦੀ ਆਵਾਜ਼ ਸੁਣ ਕੇ ਮੈਂ ਇੱਧਰ ਆਇਆ ਜੀ ਤੇ ਰਾਤ ਦੀ ਮੁੱਕ 10:30-12 ਵਜੇ ਕੋਈ 9 ਕੋਈ 8-9 ਜਾਣੇ ਆਏ ਆ ਤਾਂ ਨਾਲ ਕਿਤੇ ਗੋਲੀਆਂ ਮਾਰੀਆਂ ਤੇ ਇਹਦੇ ਇੱਕ ਇਹਦੇ ਗੋਲੀ ਇੱਕੋ ਲੱਗੀ ਆ ਬਾਕੀ ਦੇ ਸਾਰੀਆਂ ਤਾਂਠਾਂ ਲੱਗੀਆਂ ਉਹ ਇੱਕ ਗੋਲੀ ਟਿਕਾਣੇ ਨਾਲ ਲੱਗ ਗਈ ਆ ਉਹਦੇ ਨਾਲ ਕਰਤੇ ਹੁਣ ਡੈੱਡ ਬੋਡੀ ਕਿੱਥੇ ਆ ਡੈੱਡ ਬੋਡੀ ਸਿਵਲ ਹਸਪਤਾਲ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਪੁਲਿਸ ਆਪਣੀ ਤਫਤੀਸ਼ ਕਰਨ ਡਈ ਆ ਤੇ ਬਾਕੀ ਜੇ ਪਹਿਲਾਂ ਤਾਂ ਤਫਤੀਸ਼ ਕਰਨ ਡਈ ਆਪਣੇ ਵੀ ਜੇ ਪਤਾ ਲੱਗ ਜੇ ਕਿਹੜੇ ਬੰਦੇ ਦੇ ਵਾਜੇ ਉਹਨਾਂ ਮਗਰ ਆਪਣੀ ਪਾਰਟੀ ਮਾ ਬਣਾਤੀਆਂ ਵਾ ਮਗਰ ਆਪਣੇ ਚੜ੍ਹ ਡਏ ਆ ਗਏ ਆ ਪਾਰਟੀ ਸਾਡੀ ਸਾਰੀਆਂ ਗਈਆਂ ਵਾ ਸਾਨੂੰ ਸਿਰਫ ਇਹੀ ਇਸੇ ਘਰ ਹੀ ਸਿਰਫ ਆਇਆ ਵਾ ਸਾਨੂੰ ਕੋਈ ਗਾੜੀ ਤਫਤੀਸ਼ ਆ ਸਾਨੂੰ ਇਹਨਾਂ ਨੇ ਪਤਾ ਕੀ ਮੰਗੀਆਂ ਧੰਨਵਾਦ ਕਹਿੰਦੇ ਜੀ ਉਹਨਾਂ ਦੇ ਇੱਥੇ ਮੰਜੀ ਡੱਟੀ ਸਾਹਮਣੇ ਤੇ ਇਹ ਗੇਟ ਬੰਦ ਸੀ ਲੋਕ ਲੱਗਾ ਸੀ ਬਾਹਰੋਂ ਆਏ ਆ ਉਹਨਾਂ ਨੇ ਗੋਲੀਆਂ ਚਲਾਈਆਂ ਆਵਾਜ਼ ਨਹੀਂ ਮਾਰੀ ਕਿਸੇ ਨੂੰ ਦੇਖਿਆ ਪੁੱਛਿਆ ਕੋਈ ਨਹੀਂ ਆ ਇਹ ਉੱਠੇ ਆ ਬੈਠੇ ਬਾਥਰੂਮ ਗਏ ਮੰਜੀ ਦੇ ਲੰਮਾ ਪੈਣਾ ਸੀ ਇਹਨਾਂ ਨੇ ਜਦੋਂ ਖੁਰਾਕ ਹੁੰਦਾ ਪਿਆ ਤੇ ਕਹਿੰਦੇ ਵੀ ਇਹਦਾ ਦੱਤ ਲਿਆ ਮੇਰਾ ਵੀ ਦੇਖਾਂ ਕੌਣ ਆ ਤੇ ਇਹਨਾਂ ਦੇ ਇੱਥੇ ਗੋਲੀ ਲੱਗੀ ਆ ਕਿੰਨੇ ਵਜੇ ਦੀ ਘਟਨਾ ਹੈ 12 12:30 ਲਾ ਲਓ ਜੀ 12:21 ਵਜੇ ਦੀ 12 ਵਜੇ ਕਿੰਨੀ ਪੂਰਾ ਫਾਇਰ ਹੋਇਆ ਇਹ ਫਾਇਰ ਤੁਹਾਡੇ ਸਾਹਮਣੇ ਜੀ 8 ਦਾ ਬੋਈ ਵਜੇ ਆ ਤੇ ਇਹ ਮੈਨੂੰ 8-9 ਹੋਣੇ ਆ ਤੇ 2-3 ਬਾਹਰੋਂ ਮਿਲੇ ਪਰ ਹਾਂਜੀ ਪਰਿਵਾਰ ਸਾਰੇ ਸਾਡੇ ਚਾਰੇ ਘਰ ਸਾਡੇ ਆ ਜੀ ਚਾਰੇ ਭਰਾ ਵਾ ਅਸੀਂ ਚਾਰੇ ਘਰ ਸਾਡੇ ਅਸੀਂ ਮਤਲਬ ਗੇਟਾਂ ਤਾਲੇ ਮਾਰੇ ਨੇ ਤਾਲੇ ਸਾਡੇ ਕੋਲ ਨਹੀਂ ਖੁੱਲੇ ਅਸੀਂ ਗੇਟ ਟੱਪ ਕੇ ਉੱਤੋਂ ਨਿਕਲ ਗਏ ਬਾਹਰ ਵੇਖਿਆ ਕਿੰਨੇ ਜਿਹੜੇ ਸੀ ਗੇਟ 8-9 ਜਣੇ ਜੀ 7 4 ਮੋਟਰਸਾਈਕਲ ਤੇ ਕਿੰਨੇ ਇੱਕੋ ਬੰਦੇ ਨੇ ਗੋਲੀ ਚਲਾਈ ਕਿ ਸਾਰੇ ਨੇ ਚਲਾਈ ਨਹੀਂ ਗੋਲੀ ਤੇ ਚਲਾਉਂਦਾ ਇੱਕੋ ਹੀ ਬੰਦਾ ਵੇਖਿਆ ਦੋ ਬੰਦੇ ਇੱਥੇ ਖੜੇ ਇੱਕ ਇੱਥੇ ਖੜਾ ਜੀ ਇੱਕ ਇੱਧਰ ਖੜਾ ਜੀ ਗੋਲੀ ਮੇਰਾ ਖੜੇ ਕੋਲ ਚਲਾਈ ਹਾਂਜੀ ਕੋਈ ਕਹਿ ਨਹੀਂ ਸਕਦੇ ਜੀ ਕਿਸੇ ਨੇ ਕੋਈ ਦੁਸ਼ਮਣ ਦੁਸ਼ਮਣ ਕੋਈ ਨਹੀਂ ਸਾਡੀ ਕੋਈ ਬਾਕੀ ਪੁਲਿਸ ਨੇ ਕਾਰਵਾਈ ਬਹੁਤ ਚੱਲਣ ਡਿਆ ਜੀ।